लो जी डोली आई दूल्हा आया बरात ओदी लेके गए आ लो जी घरे चले गए हुण अगला जिहड़ा पहाड़ा वरतदा हुंदा उही मोंटी ओए बबली जिहड़ा तेरी भैण ते वरतिया सी ओए लो जी मैनूं लै जा अच्छा मेरी गल सुन लै कल वाली वीडियो जरा अच्छे रिव्यूज आए आ गाइस दी ओए व्यूज अच्छे आए आ गाइस ने बहुत अच्छी वीडियो लाइक की ओए आए ते यार फायदा ही होए असी तेनु इच गल सुनने वाली केड़ी गल आ ओए गड़का ओए अज किसी ने गाल नहीं करनी ओए छड़ोल ओए थोड़े तन के नंग जियांगा ओए ओए अज मेनू अच्छा जल दीफा सुनाना ओए बबली ते मोंटी जेड़े भी सुनाओ ओए आए ਓਏ ਤੁਹਾਡਾ ਹੋ ਗਿਆ ਸੀ ਹੁਣ ਮੇਰਾ ਮੈਂ ਤਾਂ ਕਹਿੰਦਾ ਅੱਜ ਮੇਰੀ ਵਾਰੀ ਆ ਓਏ ਮੈਂ ਇੱਕ ਸੋਚ ਕੇ ਰੱਖਿਆ ਹੋਇਆ ਮੈਨੂੰ ਮਾਰ ਲੈਣ ਦਿਓ ਲਤੀਫਾ ਅੱਜ ਓਏ ਉਹ ਪਾਗਲਾ ਸੁਣਾਈ ਦਾ ਹੁੰਦਾ ਕੁੱਤਿਆ ਓਏ ਕੁੱਤਾ ਨਾ ਕਹਿ ਓਏ ਹਰਾਮ ਦਿਆ ਓਏ ਮੇਰੀ ਇਹ ਗਲਤੀ ਏ ਉਹ ਮੇਰੀ ਦੁਨੀਆ ਦੇ ਸਭ ਤੋਂ ਵੱਡੀ ਗਲਤੀ ਓਏ ਆਏ ਓਏ ਉਸਤਾਦ ਜੀ ਛੋਟੀ ਗਲਤੀ ਕਿਹੜੀ ਆ ਤੁਹਾਡੀ ਓਏ ਤੂੰ ਆ ਪੁੱਤਰਾ ਉਸਤਾਦ ਜੀ ਕੀ ਮਤਲਬ ਫਿਰ ਮੈਨੂੰ ਲਾਤੀ ਗੱਲ ਤੁਸੀਂ ਓਏ ਨਹੀਂ ਓਏ ਓਏ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਤੂੰ ਗੜਾ ਘੋੜੀ ਆ ਉਹਦੀ ਮਾਂ ਕੋਲੇ ਜਾ ਓਏ ਉਹਨੂੰ ਪੁੱਛ ਜਾ ਕੇ ਤੇਰਾ ਅਸਲੀ ਵਾਰਸ ਮੈਂ ਆ ਓਏ ਆਏ ਓਏ ਤੂੰ ਨਾ ਤੇਰਾ ਕਿਸੇ ਹੋਰ ਦਾ ਇੰਟਰ ਕਰਾਤਾ ਓਏ ਉਹ ਤੇਰਾ ਮੈਂ ਉਹ ਤੈਨੂੰ ਮੈਂ ਜੰਮਿਆ ਓਏ ਓਏ ਉਹ ਤੂੰ ਮੇਰੀ ਔਲਾਦ ਆ ਓਏ ਤੂੰ ਉਹ ਔਲਾਦ ਆ ਜਿਹਨੂੰ ਕਹਿ ਨਹੀਂ ਦਿੰਦੇ ਕੀ ਉਸਤਾਦ ਜੀ ਗੰਦੀ ਔਲਾਦ ਓਏ 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 ਮੈਂ ਚੰਗੀ ਮਾਂ ਚੋ ਗੰਦੀ ਲਾਦ ਕੱਢ ਲਈ ਓਏ ਓਏ ਕਿਹੜੀ ਘੜੀ ਸੀ ਮੇਰਾ ਤੇਰਾ ਟੋਣਾ ਲੱਗ ਗਿਆ ਮੈਂ ਮੋਂਟੀ ਤੈਨੂੰ ਜੰਮ ਬੈਠਾ ਓਏ ਤੁਸੀਂ ਬਬਲੀ ਵਾਲੇ ਪਾਸੇ ਆਓ ਬਸ ਮੇਰੀ ਵਾਹਵਾ ਲਾ ਲਈ ਉਹ ਤੁਸੀਂ ਸਾਰੇ ਜਾਣੇ ਬੁੰਡ ਮਰਾਓ ਜਾ ਕੇ ਓਏ ਤੁਸੀਂ ਬਗੈਰਤ ਦੇ ਬੱਚੇ ਮੇਰੇ ਕੋਲ ਆਏ ਸਤਾ ਜੀ ਬਗੈਰਤ ਦੇ ਬੱਚੇ ਤੁਸੀਂ ਹੋਏ ਮੈਂ ਤੁਹਾਡੇ ਕੋਲ ਨਾ ਆ ਜਾਈਏ ਓਏ ਉਹ ਤੁਹਾਡੀਆਂ ਬੁੰਡਾਂ ਲੈ ਕੇ ਮੈਂ ਰੱਜਿਆ ਓਏ ਨਵਾਂ ਬੰਦਾ ਲਿਆ ਓਏ ਓਏ ਬਬਲੀ ਓਏ ਮੋਂਟੀ ਓਏ ਕੋਈ ਤਾਂ ਭੌਂਕ ਹਾਂਜੀ ਸਤਾ ਜੀ ਹਾਂਜੀ ਮੈਂ ਹਾਜ਼ਰ ਹਾਂ ਓਏ ਨਹੀਂ ਨਹੀਂ ਤੂੰ ਨਹੀਂ ਹੋਏ ਆਪਦਾ ਭਰਾ ਲਿਆ ਸਤਾ ਜੀ ਵੱਡਾ ਭਰਾ ਹੈਗਾ ਮੇਰਾ ਧੋਤੀ ਬਣ ਕੇ ਤਕੜਾ ਉਹਦਾ ਵੀ ਮੰਤਰ ਆ ਕੀ ਕਹਿੰਦੇ ਆ ਗਾਏ ਤੁਸੀਂ ਵੀਡੀਓ ਨੂੰ ਜ਼ਰਾ ਸਬਸਕ੍ਰਾਈਬ ਕਰੋ ਚੈਨਲ ਨੂੰ ਓਏ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਘੰਟੀ ਵਾਲੇ ਬਟਨ ਦਬਾ ਦਿਓ ਓਏ ਆਏ ਗਾਏ ਓਏ ਉਸਤਾਦ ਜੀ ਪਾਰਟੀ ਕੋ ਜਾਂਦੇ ਕਿਉਂ ਭੌਂਕੀ ਜਾਂਦੇ ਕੁੱਤੇ ਵਾਂਗੂ ਵੱਡੂ ਖਾਉਂ ਕਰੀ ਜਾਂਦੇ ਓਏ ਪਿਓ ਨੂੰ ਵੱਡੂ ਖਾਉਂ ਦੱਸਦਾ ਓਏ ਓਏ ਤੁਸੀਂ ਮੇਰਾ ਜਲਤੀਫਾ ਸੁਣੋ ਓਏ ਆਏ ਲਓ ਜੀ ਉਸਤਾਦ ਜੀ ਅੱਜ ਤੁਸੀਂ ਸੁਣਾਓ ਅਤੇ ਮੈਂ ਹੀ ਸੁਣਾਉਣ ਲੱਗਿਆ ਛੜੋਲ ਲਓ ਜੀ ਮੈਂ ਛੋਟੇ ਹੁੰਦੇ ਨੇ ਗੱਲ ਸੁਣੀ ਸੀ ਉਸਤਾਦ ਜੀ ਤੁਸੀਂ ਛੱਡੋ ਜਿੰਨੇ ਵੀ ਹੋਏ ਸੁਣੇ ਸੀ ਆਹੋ ਆਹੋ ਤੂੰ ਜਿਵੇਂ ਵਿੱਚ ਭੌਂਕ ਮੈਂ ਵੀ ਤੇਰਾ ਨਾਲ ਹੀ ਬਚਪਨ ਤੋਂ ਵੱਡਾ ਹੋਇਆ ਮੈਨੂੰ ਪਤਾ ਤੂੰ ਕੀ ਆਈਟਮ ਆ ਤੂੰ ਗੁੱਡੀ ਬਸ ਨਾ ਲਓ ਜੀ ਸੁਣੋ ਫਿਰ ਇੱਕ ਨਾ ਔਰਤ ਹੁੰਦੀ ਆ ਬੱਚੀ ਹੁੰਦੀ ਕੰਮ ਉਮਰ ਦੀ ਉਹ ਨਾ ਹੁੰਦੀ ਆ ਗੂੰਗੀ ਲਓ ਜੀ ਉਹਦੀ ਉਮਰ ਨਾ ਲੰਘਦੀ ਜਾ ਰਹੀ ਆ ਅਤੇ ਉਹਦੇ ਉਹ ਇਕਲੌਤੀ ਔਲਾਦ ਹੁੰਦੀ ਆ ਉਹਦੇ ਮਾਂ ਪਿਓ ਦੀ ਉਹਦੀ ਮਾਂ ਪਿਓ ਨਾ ਕਾਫੀ ਪਰੇਸ਼ਾਨ ਹੁੰਦੇ ਉਹਦੇ ਬਾਰੋਂ ਕਿ ਕਿਹੜਾ ਵੇਲਾ ਹੋਵੇ ਕਿ ਅਸੀਂ ਤਾਂ ਮਾਰੀ ਜਾਣਾ ਵਾ ਸਾਡੇ ਪਿੱਛੋਂ ਸਾਡੀ ਧੀ ਕੀ ਕਰੇਗੀ ਇਹ ਤਾਂ ਦੁਨੀਆ 'ਤੇ ਮਰ ਜਾਏਗੀ ਇਹਦਾ ਤਾਂ ਕੋਈ ਮਿਲਣਸਾਰ ਵਾਲਾ ਨਹੀਂ ਹੋਣਾ ਇਹਨੂੰ ਕੌਣ ਸੰਭਾਲੂਗਾ ਵੇ ਅਤੇ ਕਿਉਂ ਤੂੰ ਮਰ ਗਿਆ ਤੂੰ ਨਹੀਂ ਹੈਗਾ ਬੱਚੇ ਪਾੜ ਓਏ ਨਹੀਂ ਓਏ ਸੀਰੀਅਸ ਕਹਾਣੀ ਸੁਣ ਲਾ ਓਏ ਲਓ ਜੀ ਉਹਦੀ ਮਾਂ ਪਿਓ ਉਹਨੂੰ ਜਦੋਂ ਵੀ ਕਹਿਣ ਉਹਦੇ ਬਾਅਦ ਰਿਸ਼ਤਾ ਬੁਲਾਉਣ ਉਹ ਰੋਣ ਲੱਗ ਪਿਓ ਬੂਹੇ ਭੰਨੇ ਆਪਦੇ ਆਪ ਨੂੰ ਕਹੂਗਾ ਮੈਂ ਉਹ ਜਾ ਕੇ ਨਾ ਮਿੱਟੀ ਦਾ ਤੇਲ ਛਿੜਕ ਰਹਿੰਦੀ ਸੀ ਲਓ ਜੀ ਮੈਂ ਅੱਗ ਲਾ ਦੂੰ ਇਹ ਲਾ ਦੂੰ ਵੋ ਲਾ ਦੂੰ ਅੱਛਾ ਫਿਰ ਭੌਂਕੀ ਨਾ ਜਾ ਓਏ ਟੋਕ ਨਾ ਵਿੱਚ ਓਏ ਕੁੱਤੇ ਵਾਂਗੂ ਲਓ ਜੀ ਉਹਦੇ ਪਿਓ ਨੇ ਉਹਨੂੰ ਕਿਹਾ ਜੀ ਬੇਟਾ ਵਿਆਹ ਤਾਂ ਕਰਾਉਣਾ ਹੀ ਪੈਣਾ ਵਾ ਫਿਰ ਹੀ ਘਰ ਗ੍ਰਸਤੀ ਚੱਲਦੀ ਆ ਅਤੇ ਗਾਂ ਅੱਗੇ ਸਰਕਟ ਚੱਲਦਾ ਕਰਦਾ ਦੁਨੀਆ ਵੱਧਦੀ ਹੈ ਮਾਂ ਪਿਓ ਦੇ ਸਿਰ 'ਤੇ ਕਿਤੇ ਕੁ ਬੈਠੇ ਰਹੇਗੀ ਲਓ ਜੀ ਉਹਦੀ ਨਾ ਉਹ ਜਿੰਨੇ ਰਿਸ਼ਤੇ ਆਉਣ ਉਹ ਨਾ ਜੀ ਉਹ ਨਾ ਜੀ ਲਓ ਜੀ ਉਹਦੀ ਇੱਕ ਨਾ ਸਹੇਲੀ ਸੀ ਬਚਪਨ ਦੀ ਉਹਦਾ ਵਿਆਹ ਆ ਗਿਆ ਜੀ ਉਹਦੀ ਮਾਂ ਨੇ ਕਿਹਾ ਇਹਦੀ ਸਹੇਲੀ ਦੇ ਵਿਆਹ 'ਤੇ ਤੈਨੇ ਜਾਣਾ ਹੀ ਜਾਣਾ ਅਤੇ ਇਹਨੂੰ ਨਜ਼ਰ ਆ ਤਿਆਰ ਸ਼ਿਆਰ ਹੋ ਕੇ ਭੇਜਦੇ ਹੋ ਸਕਦਾ ਇਹਨੂੰ ਕੋਈ ਲੱਗ ਜੇ ਵੀ ਕੋਈ ਵਿਆਹ ਦਾ ਚਸਕਾ ਲਓ ਜੀ ਉੱਥੇ ਆਪਦੇ ਜਾਂਦੀ ਆ ਆਪਦੀ ਗਾਇਸ ਸਬਸਕ੍ਰਾਈਬ ਕਰੋ ਜ਼ਰਾ ਅਤੇ ਘੰਟੇ ਦਾ ਬਟਨ ਦਬਾ ਦਿਓ ਏ
ਲਓ ਜੀ ਉਹਦੇ ਵਿਆਹ 'ਤੇ ਜਾਂਦੀ ਆ ਜੇ ਸਹੇਲੀ ਦੇ ਉੱਥੇ ਜਾ ਕੇ ਦੇਖਦੀ ਆ ਕਿ ਉਹਦੇ ਤਾਂ ਭਾਈ ਐਂ ਹਾਰ ਸੰਘਾਰ ਉਹਦੇ ਯੇ ਵੋ ਹੋ ਰਿਹਾ ਬਿਊਟੀ ਪਾਰਲਰ 'ਚ ਤਿਆਰ ਹੋ ਕੇ ਆਈ ਆ ਉਹ ਮੇਕਅਪ ਸ਼ੇਕ ਵੀ ਯੇ ਵੋ ਬੇਸਾਂ ਲੱਗੀਆਂ ਭਾਈ ਦੁਲਣ ਬਣ ਗਈ ਉਹਨੇ ਜੋੜਾ ਪਾਇਆ ਹੋਇਆ ਲਹਿੰਗਾ ਲਓ ਜੀ ਉਹਦੇ ਆ ਕੇ ਨਾ ਕੀੜਾ ਉੱਠਿਆ ਕਿਹੜਾ ਉਸਤਾਦ ਜੀ ਤੁਹਾਡੇ ਵਾਲਾ ਓਏ ਨਹੀਂ ਓਏ ਭੌਂਕੜੋਂ ਹਟਣਾ ਕਿ ਮੈਂ ਇੱਥੇ ਚੁੱਪ ਕਰ ਜਾਂ ਨਹੀਂ ਨਹੀਂ ਉਸਤਾਦ ਜੀ ਸੁਣਾਓ ਉਹ ਯਾਰ ਬਬਲੂ ਬੰਟੀ ਮੋਂਟੀ ਨਾ ਬੋਲੀਆਂ ਸੁਣਾ ਲੈਣ ਦੇ ਨੂੰ ਲਓ ਜੀ ਗੇਮ ਅਗਲੀ ਸ਼ੁਰੂ ਕਰਦੇ ਹਾਂ ਮੋਂਟੀ ਕਰੀ ਯਾਰ ਸ਼ੁਰੂ ਚੱਲ ਮੈਂ ਕਹਾਣੀ ਸੁਣਾਉਂਦਾ ਲਓ ਜੀ ਉਹਦੇ ਵਿਆਹ 'ਤੇ ਗਈ ਆ ਅਤੇ ਉੱਥੇ ਆ ਕੇ ਨਾ ਘਰਦਿਆਂ ਨੂੰ ਆ ਕੇ ਰੋਈ ਜਾਵੇ ਉਹ ਘਰਦੇ ਕਹਿੰਦੇ ਹੋਇਆ ਕੀ ਆ ਕੁਝ ਦੱਸੇਗੀ ਵੀ ਲਓ ਜੀ ਉਹ ਬੋਲ ਤਾਂ ਸਕਦੀ ਨਹੀਂ ਸੀ ਉਹਨਾਂ ਇਸ਼ਾਰਿਆਂ ਨਾਲ ਦੱਸੇ ਕਦੀ ਆ ਨੱਕ ਨੂੰ ਹੱਥ ਲਾਵੇ ਕੋਕਾ ਬਣਾ ਕੇ ਦਿਖਾਓ ਕਦੀ ਆ ਵਾਲੀਆਂ ਕਦੀ ਆ ਬਿੰਦੀਆਂ ਬਣਾ ਕੇ ਦਿਖਾਵੇ ਕਦੀ ਦੂਰ ਨਾਲ ਜੋੜਾ ਲਿਆ ਕੇ ਦਿਖਾਵੇ ਵੀ ਐਂ ਜੀ ਐਂ ਤਸਵੀਰਾਂ ਵਿਖਾਵੇ ਜੀ ਲਓ ਜੀ ਉਹਦੇ ਮਾਂ ਪਿਓ ਸਮਝਗੇ ਕਿ ਇਹਨੂੰ ਕੀੜਾ ਉੱਠ ਗਿਆ ਵਾ ਵਿਆਹ ਵਾਲਾ ਹੁਣੇ ਬਾਲਗਾ ਉਹ ਤੂੰ ਤਾਂ ਕਹਿੰਦਾ ਤੁਹਾਡੀ ਉਮਰ ਲੰਘਦੀ ਜਾਂਦੀ ਭੌਂਕੀ ਨਾ ਥੋੜੇ ਕਹਾਣੀ ਚਸਕਾ ਪਾਉਣ ਦੇ ਲਓ ਜੀ ਉਹਦੇ ਮਾਂ ਪਿਓ ਸਮੇਂ ਹੁਣ ਜਲਦੀ ਤੋਂ ਜਲਦੀ ਇੱਕ ਵਿਚੋਲਣ ਬੁਲਾਈ ਰਿਸ਼ਤਾ ਰੱਪਾ ਮੰਗਣੀ ਛੰਗਣੀ ਇਹ ਵੋ ਹੋ ਗਏ ਲਓ ਜੀ ਉਹ ਬੜੀ ਖੁਸ਼ ਵੀ ਮੇਰਾ ਰਿਸ਼ਤਾ ਹੋ ਗਿਆ ਮੈਂ ਵੀ ਦੁਲਣ ਬਣ ਗਈ ਜੀ ਉਹਨੇ ਕਿਹਾ ਬੜੀ ਖੁਸ਼ ਜੀ ਬੜੀ ਖੁਸ਼ ਉਹਨੇ ਕਿਹਾ ਵੀ ਦੁਲਣ ਬਣ ਗਈ ਆ ਮੈਂ ਵੀ ਹਾਰ ਸੰਘਾਰੀਏ ਵੋ ਉਹਦੀ ਦੋਸਤ ਨੂੰ ਵੀ ਉਸ ਨੂੰ ਸੱਦਿਆ ਅਤੇ ਸਮਾਂ ਚੌੜੀ ਹੋ ਕੇ ਵਿਖਾਵੇ ਕਿਹਾ ਦੇਖ ਲਓ ਜੀ ਮੈਂ ਵੀ ਹਾਰ ਸੰਘਾਰ ਮੈਂ ਵੀ ਦੁਲਣਾ ਤੇਰੇ ਮੇਰੇ 'ਚ ਕੋਈ ਫਰਕ ਨਹੀਂ ਲਓ ਜੀ ਡੋਲੀ ਆਈ ਦੁੱਲਾ ਆਇਆ ਬਰਾਤ ਉਹਦੀ ਲੈ ਕੇ ਗਏ ਆ ਲਓ ਜੀ ਘਰ ਚਲੇ ਗਏ ਹੁਣ ਅਗਲਾ ਜਿਹੜਾ ਪਹਾੜਾ ਵਰਤਦਾ ਹੁੰਦਾ ਉਹੀ ਮੋਂਟੀ ਹੋਏ ਬਬਲੀ ਜਿਹੜਾ ਤੇਰੀ ਭੈਣ 'ਤੇ ਵਰਤਿਆ ਸੀ ਉਹ ਮੈਨੂੰ ਵਿੱਚ ਨਾ ਟੋਂਕ ਕੁੱਤੇ ਦਿਆ ਪੁੱਤਰਾ ਸੁਣਾ ਨਹੀਂ ਤਾਂ ਮੈਂ ਲੀਵ ਕਰਕੇ ਚੱਲਿਆ ਆਪੇ ਮਰ ਜਾਓ ਫਿਰ ਓਏ ਨਹੀਂ ਹੋਏ ਮਜ਼ਾਕ ਕੀਤਾ ਹੋਏ ਹਲਕੀ ਵਿੱਚ ਟੁੱਚ ਲਾ ਦੇਣੀ ਹੋਈ ਦੀ ਹੈ ਲਓ ਜੀ ਉਹ ਗਰੀਬੀ ਭਲੀ ਮਾਨਸੀ ਨੂੰ ਨਹੀਂ ਸੀ ਪਤਾ ਕਿ ਅੱਗੇ ਕੀ ਪਹਾੜਾ ਵਰਤਦਾ ਵਾ ਕੀ ਰਾਤ ਹੁੰਦੀ ਹੈ ਲਓ ਜੀ ਰਾਤ ਆਈ ਆ ਅਤੇ ਬੰਦਾ ਉਹਦੇ ਪਿੱਛੇ ਪਿੱਛੇ ਅਤੇ ਜਨਾਨੀ ਅੱਗੇ ਅੱਗੇ ਕਮਰੇ ਦੇ ਵਿੱਚ ਬੰਦਾ ਭੱਜ ਕੇ ਵਾਸ਼ਰੂਮ 'ਚ ਵੜ ਗਈ ਬੰਦੇ ਨੇ ਬੂਹਾ ਖੜਕਾਇਆ ਸਾਰੇ ਜਹਾਨ ਨੇ ਕਿਹਾ ਵੀ ਕੀ ਹੋ ਗਿਆ ਲਓ ਜੀ ਅੱਧੀ ਰਾਤ ਨੂੰ ਕਿਤੇ ਬਾਹਰ ਆਈ ਆ ਬੰਦੇ ਨੇ ਸੌਣ ਦੀ ਐਕਟਿੰਗ ਕੀਤੀ ਉਹ ਬਾਹਰ ਆਈ ਆ ਅਤੇ ਬੰਦੇ ਨੇ ਫਿਰ ਕੰਮ ਤੀਹ ਦੇ ਇਸੇ ਗੱਲ ਲੋਕ ਵਿਆਹ ਕਰਦੇ ਫਿਰ ਜ਼ਾਹਰੀ ਗੱਲ ਆ ਫਿਰ ਖਰਚਾ ਖੁਰਚਾ ਪੂਰਾ ਨਹੀਂ ਕਰਨਾ ਪਤਾ ਲਓ ਜੀ ਉਹਦੀ ਮੁੰਡੇ ਦੀ ਇੱਕ ਆਵੇ ਅਤੇ ਇੱਕ ਜਾਵੇ ਅਤੇ ਗੂੰਗੀ ਪਰੇਸ਼ਾਨ ਕਿਹਾ ਹੋਈ ਕੀ ਜਾਂਦਾ ਬੰਦੇ ਨੇ ਉਹਨੂੰ ਪਕੜਿਆ ਸੰਭਾਲਿਆ ਸਮਝਾਇਆ ਉਹਨੂੰ ਕਿ ਭਲੀਏ ਲੋਕੇ ਇਹ ਫਰਜ਼ਾ ਲਓ ਜੀ ਉਹਨੂੰ ਪਕੜ ਅਤੇ ਇੱਕ ਵਾਰੀ ਘੜਾ 'ਚ ਬੱਲੀਏ ਦੂਸਰੀ ਵਾਰੀ ਘੰਟੇ ਕੁ ਬਾਅਦ ਘੜਾ 'ਚ ਬੱਲੀਏ ਤੀਸਰੀ ਵਾਰੀ ਫਿਰ ਘੜਾ 'ਚ ਬੱਲੀਏ ਲਓ ਜੀ ਕੁੜੀ ਦੀਆਂ ਤਾਂ ਖਾਖਾਂ ਪਾੜ ਗਈਆਂ ਬੋਲੀ ਸੀ ਨਾ ਫਿਰ ਅੱਗੋਂ ਲਓ ਜੀ ਅਗਲੇ ਦਿਨ ਕੋਈ ਤੂੰ ਨਾ ਪਾਉਂ ਗਏ ਮੈਨੂੰ ਲੱਗਦਾ ਤੂੰ ਵੀ ਸੁਣੀ ਵੀ ਇਹ ਓਹੋ ਮੈਨੂੰ ਥੋੜ੍ਹੀ ਯਾਦ ਆ ਗਈ ਕੋਈ ਉਹ ਨਹੀਂ ਗੀ ਜਿਹੜੀ ਉਸਤਾਦ ਨੇ ਸੁਣਾਈ ਸੀ ਇੱਕ ਹੋਰ ਆ ਇਹ ਅੱਛਾ ਅੱਛਾ ਉਹ ਤਾਂ ਹੋਰ ਸੀ ਗੂੰਗੀ ਭੱਜ ਜਾਂਦੀ ਸੀ ਇੱਕ ਹੋਰ ਆ ਲਓ ਜੀ ਅਗਲੇ ਦਿਨ ਕੁੜੀ ਦੇ ਮਾਂ ਪਿਓ ਆਏ ਤੇ ਆ ਕੇ ਪੁੱਛਦੇ ਹਾਂ ਵੀ ਧੀਏ ਖੁਸ਼ ਆ ਕੁੜੀ ਅੱਗੋਂ ਬੜੀ ਮਸੂਮ ਬੋਲੇ ਹੀ ਨਾ ਉਹ ਤਾਂ ਗੂੰਗੀ ਨਹੀਂ ਸੀ ਓਏ ਮਤਲਬ ਹਜ਼ਾਰੇ ਹਸ਼ੂਰੇ ਕੁਛ ਵੀ ਨਾ ਕਰੇ ਹਰਕਤਾਂ ਕਰੇ ਨਾ ਸਹਿਮੀ ਬੈਠੀ ਲਓ ਜੀ ਉਹਨਾਂ ਨੇ ਸਮਝਿਆ ਵੀ ਸਾਡੀ ਕੁੜੀ ਨੂੰ ਮਾਰਿਆ ਇਹਨਾਂ ਨੇ ਕੁੜੀ ਰੋਈ ਜਾਵੇ ਲਓ ਜੀ ਉਹਨੇ ਹੁਸ਼ਿਆਰਿਆ ਨਾ ਫਿਰ ਉਹਨੇ ਸਮਝਾਇਆ ਹੁਣ ਮੈਂ ਵੀਡੀਓ ਜਿਵੇਂ ਦੱਸ ਦਿਖਾ ਤਾਂ ਨਹੀਂ ਸਕਦਾ ਹਾਲੇ ਤੁਸੀਂ ਆਪੇ ਸਮਝਿਓ ਉਹਨੇ ਇਸ਼ਾਰੇ ਨਾਲ ਸਮਝਾਇਆ ਕਿ ਤੁਸੀਂ ਤਾਂ ਮੈਨੂੰ ਕਹਿੰਦੇ ਸੀ ਵਿਆਹ ਹੀ ਸਿਰਫ ਹੋਣਾ ਵਾ ਉਹਨੇ ਤਾਂ ਭਾਈ ਮੈਨੂੰ ਰਾਤੀ ਚੌਦ ਛੱਡਿਆ ਮੇਰੇ ਬੰਦੇ ਨੇ ਰਾਤੀ ਮੈਨੂੰ ਗੜ ਛੱਡਿਆ ਇਹ ਉਹ ਗੂੰਗੀ ਸੀ ਉਹਨੇ ਇਸ਼ਾਰਿਆਂ ਨੇ ਦੱਸਿਆ ਮੈਂ ਤੁਹਾਨੂੰ ਇਸ਼ਾਰਾ ਕਰਕੇ ਨਹੀਂ ਵਿਖਾ ਸਕਦਾ ਵੀਡੀਓ ਦੇ ਵਿੱਚ ਇਹ ਲਾਈਵ ਬ੍ਰੋਡਕਾਸਟਿੰਗ ਹੋ ਰਹੀ ਹੁੰਦੀ ਅਤੇ ਮੈਂ ਤੁਹਾਨੂੰ ਦਿਖਾ ਦਿੰਦਾ ਫਿਰ ਉਹ ਲਓ ਜੀ ਉਹਦੇ ਉਹਨੇ ਕਿਹਾ ਉਹਦੀ ਮਾਂ ਨੇ ਸਮਝਾਇਆ ਇਹ ਵੀ ਕੰਮ ਲਾਜ਼ਮੀ ਆਵੇ ਬਹੁਤ ਜ਼ਰੂਰੀ ਆਵੇ ਉਹਨੇ ਕਿਹਾ ਮੈਂ ਨਾ ਮਾਨੂੰ ਉਹ ਕਹਿੰਦੀ ਜੀ ਮੈਂ ਨਹੀਂ ਮੰਨਣਾ ਜੇ ਜੋ ਮਰਜ਼ੀ ਕਰ ਲਓ ਮੈਨੂੰ ਤੱਕ ਦੇਣਗੇ ਉਹ ਪਹਾੜ ਗਾਏ ਸਾਡੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਜੀ ਨੈਕਸਟ ਵੀਡੀਓ 'ਚ ਮਿਲਦੇ ਫਿਰ ਆਪਣਾ ਖਿਆਲ ਰੱਖਣਾ